ਹੁਣੇ ਜਸਟ ਭਰਾਵਾ ਲਾਲ ਰੰਗ ਦਾ ਆਟੋ ਆ ਕੇ ਰੁਕਿਆ ਇੱਥੇ, ਉਹਨੇ ਬੈੱਲ ਮਾਰੀ, ਮੈਨੂੰ ਲੱਗਾ ਸਿਲੰਡਰ ਵਾਲਾ ਹੋਣਾ ਕਿਤੇ। ਮੈਂ ਕਿਹਾ ਹਾਂਜੀ ਭਾਈ ਸਿਲੰਡਰ ਦੱਸੋ, ਮੈਂ ਕਾਪੀਆਂ ਲੈ ਕੇ ਆ ਗਿਆ ਸਿਲੰਡਰ ਵਾਲੇ। ਕਹਿੰਦਾ ਭਾਅ ਜੀ ਪਾਰਸਲ ਆ, ਆਹ ਡੱਬਾ ਜਿਹਾ ਫੜਾ ਕੇ ਚੱਲ ਗਿਆ ਆ। ਹੁਣ ਪਤਾ ਨਹੀਂ ਇਹਦੇ ਅੰਦਰ ਕੀ ਆ, ਮੈਂ ਤਾਂ ਕੁਛ ਮੰਗਵਾਇਆ ਹੀ ਨਹੀਂ ਸੀ, ਪਤਾ ਨਹੀਂ ਕੰਜਰ ਕੀ ਫੜਾ ਗਿਆ ਆ। ਬਿਕੋਜ਼ ਇਹਦੇ ਉੱਪਰ ਕੋਈ ਸੈਂਡਰ ਦਾ ਐਡਰੈਸ ਹੀ ਨਹੀਂ ਆ, ਸਿਰਫ ਮੇਰਾ ਐਡਰੈਸ ਆ। ਓ ਮਾਈ ਗੋਡ, ਓ ਮਾਈ ਗੋਡ, ਅਭੀ ਨੰਬਰ ਚਲ ਜਾਤਾ ਮੇਰਾ, ਸਭ ਕੇ ਫੋਨ ਆ ਜਾਤੇ। ਦੇਖ ਲਓ ਮੇਰਾ ਐਡਰੈਸ ਸੀਗਾ, ਬਸ ਸੈਂਡਰ ਦਾ ਐਡਰੈਸ ਹੀ ਹੈ ਨਹੀਂ। ਦੇਖੋ ਖੋਲ੍ਹ ਕੇ ਹੁਣ ਕੀ ਹੈ ਇਹਦੇ ਅੰਦਰ, ਹੋਰ ਬੰਬ ਬੰਬ ਪਾ ਕੇ ਦੇ ਦਿੱਤਾ ਹੋਵੇ ਕਿਸੇ ਨੇ ਖੁੰਦਰ ਕੱਢਣ ਨੂੰ, ਇੱਧਰ ਹੀ ਉੱਡ ਜਾਣਾ ਮੈਂ। ਇੱਕ ਵਾਰੀ ਕੰਨ ਲਾ ਕੇ ਦੇਖ ਲਈਏ, ਉਹ ਗਰਮ ਬੜਾ ਸਮੈਲਦੀ, ਹਾੜੇ ਨੇ ਮੇਰਾ ਕੰਨ ਹੀ ਸਾੜਤਾ। ਮੈਂ ਕਿਹਾ ਭਰਾਵਾ ਕੰਨ ਲਾ ਕੇ ਸੁਣ ਲਾ, ਅੰਦਰ ਟਿਕਟੋਕ ਟਿਕਟੋਕ ਹੁੰਦੀ ਹੋਵੇ, ਟਾਈਮਰ ਲਾਇਆ ਹੋਵੇ ਬੰਬ ਦਾ, ਆਰਾਮ ਨਾਲ ਘਸੀਟ ਕੇ ਇਹਨੂੰ ਅੰਦਰ ਲੈ ਕੇ ਚੱਲੋ ਹੁਣ। ਭਰਾਵਾ ਚੰਗਾ ਘਾਸਾ ਭਾਰੀ ਆ ਇਹ ਵੀ, ਹੈਵੀ ਆ ਕਾਫੀ। ਭਰਾਵਾ ਇਹਨੂੰ ਕਮਰੇ ਜਾ ਕੇ ਖੋਲਦੇ ਆ, ਸਾਰੀ ਲੋਬੀ ਜੇ ਉੱਡ ਗਈ ਨਾ ਘਰ ਦੇ ਨੇ ਮਾਰ ਦੇਣਾ ਆ। ਚੱਲ ਵੀ ਅੰਦਰ, ਇਹ ਉੱਤਰੀ ਭਰਾਵਾ ਫਾਟੀ ਨੇ ਜਾਵੇ ਜਾਂ ਡੱਬਾ ਹੁਣ ਧਰਤਾ ਲਿਆ ਆ, ਡੱਬੇ 'ਚ ਹੈ ਕੀ ਆਖਿਰ? ਗੈਸ ਕਰੋ ਭਰਾਵਾ ਕੀ ਹੋਊਗਾ ਇਹਦੇ ਅੰਦਰ, ਮੈਨੂੰ ਨਹੀਂ ਪਤਾ। ਆਹ ਮਾਂ ਭੈਣ ਕਰਨ ਵਾਲਾ ਯੰਤਰ ਧਰ ਲਓ ਇੱਕ ਵਾਰੀ, ਦੇਖੀਏ ਇਹਦਾ ਆਪਰੇਸ਼ਨ ਕਰੀਏ ਹੁਣ। ਬਸ ਭਰਾਵਾ ਕਿਸੇ ਨੇ ਆਪਣਾ ਪਿਆਰ ਹੀ ਭੇਜਿਆ ਹੋਵੇ, ਕੁਛ ਹੋਰ ਨਾ ਭੇਜਤਾ ਹੋਵੇ। ਖੋਲ੍ਹੋ ਇਹਨੂੰ ਹੁਣ ਯਾਰ, ਸਮੈਲ ਦੀ ਕਿੱਦਾਂ ਦੀ ਆਉਣ ਲੱਗ ਪਈ ਹੈ, ਇਹਨੂੰ ਕੱਟ ਲਾਇਆ ਹਾਲੇ ਤੇ। ਉਹ ਸ਼ੂ, ਉਹ ਲੈ ਲਓ ਪਾੜ ਗਿਆ। ਦੇਖੀਏ ਜਰਾ ਭਰਾਵਾ ਕਿਹੜੇ ਸ਼ੂ ਆਏ ਆ ਇਹ, ਦੇਖੀਏ ਜਰਾ। ਉਹ ਆਹ ਲੈਟਰ ਵਿੱਚ ਮਾਫੀ ਪੱਤਰ ਵੀ ਹੈਗਾ ਕਿਸੇ ਦਾ, ਕੇ ਲਵ ਕਿਕਸ ਦਾ ਆਇਆ, ਥੈਂਕ ਯੂ। ਉਹ ਅੱਛਾ ਭਰਾਵਾ ਇਹ ਇਹਨਾਂ ਨੇ ਭੇਜੇ ਆ, ਸਾਡਾ ਸਬਸਕ੍ਰਾਈਬਰ ਵੀਰ ਹੈਗਾ ਇਹ ਕੇ ਲਵ ਕਿਕਸ, ਇਹਨੇ ਸਾਨੂੰ ਕਹਿੰਦੇ ਤੁਹਾਨੂੰ ਸ਼ੂਜ਼ ਭੇਜੂਗਾ ਭਾਅ ਜੀ, ਮੈਂ ਚੈੱਕ ਕਰ ਲਿਓ। ਓਕੇ ਹੁਣ ਯਾਦ ਆਇਆ, ਸਾਹਿਬ ਉਹਨਾਂ ਨੇ ਬੂਟ ਭੇਜੇ ਆ। ਯਾਰ ਗੱਲਬਾਤ ਹੋ ਗਈ ਹੈ ਤੇ, ਆਰਾਮ ਨਾਲ ਭਰਾਵਾ ਬੈੱਡ 'ਤੇ ਬਹਿ ਕੇ ਦੇਖਦੇ ਹਾਂ। ਉਹ ਭਰਾਵਾ ਤੂੰ ਰੋਲੀ ਪੋਲੀ ਹੋਈ ਜਾਂਦੇ ਹਾਂ, ਆਰਾਮ ਨਾਲ ਬੈੱਡ 'ਤੇ ਬਹਿ ਕੇ ਦੇਖਦੇ ਹਾਂ ਕੀ ਭੇਜਿਆ ਵੀਰ ਨੇ। ਉਹ ਤਿੰਨ ਡੱਬੇ ਭੇਜੇ ਆ, ਦੋ ਨਾਈਕ ਦੇ ਆ, ਇੱਕ ਨਿਊ ਬੈਲੈਂਸ ਦਾ ਆ। ਨਿਊ ਬੈਲੈਂਸ ਦੇਖਦੇ ਹਾਂ ਕੀ ਅੰਦਰ ਇਹਦੇ। ਉਹ ਕਿਆ ਬਾਤ ਹੈ ਯਾਰ, ਇਹ ਕਿੰਨੇ ਸੋਹਣੇ ਬੂਟ ਆ, ਲੈ ਸੋਲ ਕਿੰਨੀ ਸੋਹਣੀ ਹੈ ਇਹਦੀ, ਇਹ ਤਾਂ ਮੇਰੇ ਫੇਵਰੇਟ ਹੋ ਗਏ, ਹੁਣ ਆਹੀ ਪਾਉਣੇ ਆ ਮੈਂ ਜਿੱਥੇ ਜਾਣਾ। ਘਸਾ ਘਸਾ ਖਰਾਬ ਕਰ ਦਿੰਦੇ ਸਭ ਤੋਂ ਪਹਿਲਾਂ ਇਹੀ ਵਾਲੇ, ਘੈਂਟ ਆ। ਅਗਲੇ ਦੇਖਦੇ ਹਾਂ, ਅਗਲਾ ਕਿਹੜਾ ਖੋਲੀਏ ਯਾਰ। ਅੱਖੜ ਬੱਖੜ ਬੰਬੇ ਬੋ, 80 90 ਪੂਰੇ 100, ਦਫਾਓ ਤੂੰ ਆ ਪਹਿਲਾਂ। ਇਹਨੂੰ ਖੋਲ੍ਹ ਕੇ ਦੇਖਦੇ ਹਾਂ, ਇਹ ਆਏ ਬੜੀ ਤਗੜੀ ਪੈਕਿੰਗ ਕੀਤੀ ਆ ਭਰਾਵਾ ਇਹਦੀ। ਓ ਬਾਈ, ਓ ਗੱਲ ਬਾਤ, ਲੂਈ ਵੀ ਤੋਂ ਲੈ ਆਏ ਤੇ। ਆਹ ਭਰਾਵਾ ਨਾਈਕ ਦੇ ਮੈਂ ਕਿਸੇ ਤੋਂ ਨਹੀਂ ਦੇਖੇ ਸ਼ੂਜ਼, ਆ ਵਾਲੇ ਪਾਏ ਮੈਂ, ਉੱਦਾਂ ਫੋਟੋਆਂ ਫੋਟੋਆਂ ਬਥੇਰੀਆਂ ਦੇਖੀਆਂ, ਪਰ ਮੈਂ ਕਿਸੇ ਤੋਂ ਪਾਏ ਨਹੀਂ ਦੇਖੇ ਆ। ਲੂਈ ਵਿਤੋਂ ਦੀ ਮਤਲਬ ਜਿਹੜੇ ਬ੍ਰਾਂਡ ਆ ਨਾ, ਉੱਤੋਂ ਆ ਸਟਾਈਲ ਚੱਕਿਆ ਆ ਨਾਈਕ ਵਾਲਿਆਂ ਨੇ, ਅਤੇ ਆ ਜੋਰਡਨਸ ਦੇ ਉੱਤੇ ਲਾਏ ਆ। ਯਾਰ ਯਾਰ ਆਹ ਕੰਮ, ਆਹ ਜਲੂਸ ਕੱਢਤਾ ਨਾ ਫਿਰ ਐਂਡ 'ਚ ਆ ਕੇ, ਆਹ ਚੀਜ਼ ਪਤਾ ਨਹੀਂ ਕੀ ਸੋਚ ਕੇ ਲਾਈ ਇਹਨਾਂ ਨੇ, ਗਧੇ ਯਾਰ। ਬਾਕੀ ਅੱਗਿਓਂ ਬਹੁਤ ਸੋਹਣੇ ਆ, ਇਹਦਾ ਮੈਂ ਕੋਈ ਜਗਾੜ ਲਾਉਂਦਾ ਆ, ਹਟਾਊਂਗਾ ਇਹਨੂੰ ਕਿਸੇ ਤਰ੍ਹਾਂ। ਆਹ ਤਾਂ ਬਹੁਤ ਸੋਹਣੇ ਆ ਯਾਰ, ਉਹਦੇ ਨਾਲੋਂ ਸੋਹਣੇ ਮੈਨੂੰ ਆਹ ਲੱਗਣ ਲੱਗ ਪਏ ਆ ਨਿਊ ਬੈਲੈਂਸ ਦੇ ਨਾਲੋਂ। ਉਹ ਭੈਣ ਦੀ ਜੈ ਹੋ ਜੇ, ਦਿਸ ਇਜ਼ ਗੁੱਡ, ਵੀਲ ਕੀਪ ਇਟ। ਇਹਨੂੰ ਹੁਣ ਰੱਖੀ ਅੰਦਰ, ਵੜ ਜਾ ਹੁਣ। ਆਹ ਵਾਲੇ ਦੇਖੀਏ ਕੀ ਚੀਜ਼ ਭੇਜੀ ਆ, ਦਿਖਾਓ। ਟੈਮ 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 ਨਹੀਂ ਆਉ, ਟੈਮ ਨਹੀਂ। ਓ ਵਾਹ, ਇਹ ਤਾਂ ਓ ਜੀ ਹੈਗੇ ਆ ਭਰਾਵਾ, ਇਹ ਭਰਾਵਾ ਜੋਰਡਨ 1 ਆ, ਜਿਨ੍ਹਾਂ ਦੀ ਥੱਲੇ ਜਿਹੜੀ ਆਹ ਚੀਜ਼ ਸੋਲ ਨੇ ਥੋੜ੍ਹੀ ਜਿਹੀ ਕਰੀਮ ਕਲਰ ਦੀ ਹੁੰਦੀ ਹੈ ਨਾ,
ਯਾਰ ਉਹ ਵਾਲੇ ਆ ਬਹੁਤ ਖਰੇ ਸ਼ੂਜ਼ ਆ ਇਹ ਉੱਦਾਂ ਭਰਾਵਾ ਤੁਹਾਨੂੰ ਦੇਖਣ ਨੂੰ ਲੱਗਦੇ ਹੋਣੇ ਆ ਲਾਲ ਰੰਗ ਦਾ ਕੀ ਪੈਰ 'ਚ ਪਾਵਾਂਗੇ, ਪਰ ਜਦੋਂ ਇਹਨਾਂ ਨੂੰ ਪਾਓ ਨਾ ਲੁੱਕ ਬਹੁਤ ਘੈਂਟ ਨਿਕਲ ਕੇ ਆਉਂਦੀ ਆ ਭਰਾਵਾ। ਇਹ ਮੈਂ ਹਮੇਸ਼ਾ ਤੋਂ ਲੈਣਾ ਚਾਹੁੰਦਾ ਸੀ ਸ਼ੂਜ਼, ਅੱਜ ਭਰਾ ਨੇ ਆਪ ਹੀ ਭੇਜ ਦਿੱਤੇ। ਥੈਂਕ ਯੂ ਮੇਰਾ ਵੀਰ, ਤੇਰਾ ਪੋਸਟਰ ਕਿੱਥੇ ਗਿਆ? ਹੁਣ ਭਰਾਵਾ ਮੈਥੋਂ ਸ਼ੂਜ਼ ਇੰਨਾ ਇਕੱਠਾ ਹੋ ਗਿਆ ਮੈਂ ਰੱਖਣਾ ਸਿਰ 'ਤੇ ਆ ਇਹ, ਉਹ ਵੀ ਹੁਣ ਡੱਬੇ ਜਿਹੇ ਲੈਣੇ ਪੈਣੇ, ਟਰਾਂਸਪੇਰੈਂਟ ਜਿਹੇ ਹੁੰਦੇ ਆ ਨਾ ਇੱਕ ਅਸਥੈਟਿਕ ਕਿਚੋ ਦੇ ਵਾਲੇ, ਉਹ ਲਿਆਉਣੇ ਪੈਣੇ ਆ। ਬਾਕੀ ਬੂਟ ਘੈਂਟ ਆ ਯਾਰ। ਹਾਂਜੀ, ਇੱਕ ਹੋਰ ਆ ਗਿਆ। ਤੇਰੇ ਕੋਰੀਅਰ ਨੇ ਖਤਮ ਹੁੰਦੇ। ਯੇ ਕਹਾਂ ਸੇ ਆਇਆ ਅਬ? ਮੁਝੇ ਕਿਆ ਪਤਾ, ਪਤਾ ਨਹੀਂ ਕਿਆ ਸਸ ਪੈਸੇ ਲੁਟਾਤਾ ਰਹਤਾ ਚੀਜ਼ ਮੰਗਾਉਂਗਾ। ਪੈਸੇ ਨਹੀਂ ਲੁਟਾਏ ਮੈਨੇ, ਸਬਸਕ੍ਰਾਈਬਰ ਨੇ ਭੇਜੇ ਆ। ਅੱਛਾ, ਗਿਫਟ ਆਏ ਹੈ? ਯੈਸ। ਯੇ ਸ਼ੂਜ਼ ਕਬ ਆਏ? ਅਭੀ ਆਏ ਜਸਟ, ਮੇ ਕੋ ਲਗਾ ਸਿਲੰਡਰ ਦੇਨੇ ਆਇਆ ਕੋਈ, ਲਾਲ ਆਟੋ ਮੇ ਪਰ ਸ਼ੂਜ਼ ਥੇ। ਬਹੁਤ ਸੁੰਦਰ ਆਇਆ ਸ਼ੂਜ਼ ਤੋ ਯਾਰ। ਐਸੀ ਆ ਫਿਰ। ਮੇਰਾ ਕੌਨ ਸਾ? ਆਪਕਾ ਕੋਈ ਨਹੀਂ ਹੈ ਇਸਮੇ ਸੇ। ਬਸ ਆਪਣੇ ਲਈ ਮੰਗਾਇਆ ਕਰੋ। ਕਭੀ ਮੈਂ ਨਹੀਂ ਕਿ ਮਾਂ ਕੇ ਲਈ ਕੋਈ ਚੀਜ਼ ਮੰਗਾ ਲੋ। ਤੁਮ ਵੀ ਲੈ ਲੈਣਾ ਮਾਂ, ਤੁਮਕੋ ਮਨਾ ਕਰ ਡਾਲ ਦੇਣਾ ਇਹ ਵਾਲੇ। ਠੀਕ ਹੈ। ਓਕਾ ਜੀ, ਇੱਕ ਹੋਰ ਆ ਗਿਆ। ਹੁਣ ਪਤਾ ਨਹੀਂ ਆ ਬਾਂਦਰ ਜਾਂ ਕਿੱਥੋਂ ਆਇਆ ਆ। ਵੈਸੇ ਤੇ ਦਿਨ ਹੀ ਬਹੁਤ ਚੰਗਾ ਆ, ਮਿਸਟਰੀ ਤੇ ਮਿਸਟਰੀ ਬਾਕਸਿਸ ਆਈ ਜਾਂਦੇ ਆ। ਖੋਲੀਏ ਜਰਾ ਇਹਨੂੰ। ਭਰਾਵਾ ਮੰਮੀ ਕਹਿਣ ਤੇ ਮੇਲੀ ਵੀ ਮੰਗਾ ਲਿਆ ਕਰੋ ਕੁਛ। ਮੈਂ ਕਿਹਾ ਮੰਮੀ ਹਲੇ ਸਾਡੇ ਚਾਹ ਤਾਂ ਭੁੱਗ ਲੈਣ ਦਿਓ। ਇਹਦੇ 'ਚ ਹੈ ਕੀ ਆ ਹੁਣ ਦੇਖੀਏ ਜਰਾ, ਕਰੀਏ ਇਹਦੀ ਅਨਬੋਕਸਿੰਗ। ਕਾਰਗੋ ਹੋਣੀ ਆ ਤੇ ਬਾਕੀ ਆ ਤਾਂ ਪਤਾ ਨਹੀਂ ਕੀ ਆ। ਬਹੁਤ ਹੈਵੀ ਆ ਭਰਾਵਾ ਇਹ ਤੇ, ਇੰਨੇ ਭਾਰੀ ਕੱਪੜੇ ਦੇ ਉੱਤੇ। ਵਾਹ ਗਾਈਸ, ਮੌਜਾਂ ਹੀ ਮੌਜਾਂ ਹੋ ਗਈਆਂ ਹੈ ਇਹ ਤੋਂ। ਦੇਖੀ ਆ ਕੀ ਆ। ਓਹੋ ਯਾਰ ਇਹਦਾ ਪ੍ਰਿੰਟ ਬਹੁਤ ਸੋਹਣਾ ਆ, ਹੁੱਡੀ ਆ ਇਹ। ਉਹ ਕਿਆ ਟੋਪੀ 'ਤੇ ਵੀ ਪ੍ਰਿੰਟ ਹੈਗਾ ਇਹਦੀ, ਬਹੁਤ ਸੋਹਣੀ ਹੁੱਡੀ ਆ ਭਰਾਵਾ ਇਹ ਤੇ। ਪਰ ਹੁਣ ਮੈਂ ਕਿੱਥੇ ਗਰਮੀਆਂ 'ਚ ਪਾਣੀ ਆ, ਸਰਦੀਆਂ ਨੇ ਕੰਮ ਆਊਗੀ। ਯੂ ਆਰ ਕੈਪਟ ਔਨ ਸਾਈਡ ਫੋਰ ਸਮ ਟਾਈਮ, ਹੁਣ ਤੂੰ ਆ। ਇਹ ਵੀ ਹੁੱਡੀ ਆ, ਹੁੱਡੀ ਆ ਵੀ। ਉਹ ਕਿਆ ਬਾਤ ਹੈ, ਇਹ ਉਹ ਆ ਇਹਨੂੰ ਇਹਨੂੰ ਉਹ ਡਿਜ਼ਾਈਨ ਕਹਿੰਦੇ ਆ, ਉਹਨੂੰ ਕੀ ਕਹਿੰਦੇ ਸੀ ਨਾ ਭੁੱਲ ਗਿਆ ਮੈਨੂੰ। ਵਿਚਾਰੇ ਭੁੱਲ ਗਏ ਹੋਗੇ, ਟੈਨਸ਼ਨ ਬਹੁਤ ਹੈ ਨਾ। ਪਤਾ ਨਹੀਂ ਕੀ ਡਿਜ਼ਾਈਨ ਕਹਿੰਦੇ ਇਹਨੂੰ, ਉਹ ਡਿਜ਼ਾਈਨ ਆ ਟੋਪੀ 'ਤੇ ਡਿਜ਼ਾਈਨ ਪਏ ਹੋਏ ਆ। ਇਹ ਵੀ ਸੋਹਣੀ ਆ ਯਾਰ। ਚੱਲ ਤੂੰ ਵੀ ਸਾਈਡ 'ਤੇ, ਤੇਰਾ ਵੀ ਕੋਈ ਕੰਮ ਨਹੀਂ ਹੋਣੇ, ਤੂੰ ਆ ਹੁਣ। ਹਾਏ ਯਾਰ, ਆਹ ਵਾਲੀ ਕਾਰਗੋ ਮੈਨੂੰ ਚਾਹੀਦੀ ਸੀ ਹਮੇਸ਼ਾ ਤੋਂ, ਜਿਹਦੀ 10-15 ਜੇਬਾਂ ਹੋਣ ਨਾ, ਕਿ ਜੇ ਕਿਸੇ ਦੀ ਜੇਬ ਜੂਬ ਮਾਰੀ ਹੋਵੇ ਪਤਾ ਨਾ ਲੱਗੇ ਉਹਨੂੰ। ਦੇਖੋ ਹਰ ਪਾਸੇ, ਇੱਥੇ ਵੀ ਜੇਬ, ਇੱਥੇ ਵੀ ਜੇਬ, ਇੱਥੇ ਵੀ ਜੇਬ, ਇੱਥੇ ਵੀ ਜੇਬ, ਹੋਰ ਅੱਗੇ ਵੀ ਦਿਖਾਵਾਂ। ਕਾਊਂਟ ਕਰਾਂ ਕਿੰਨੀ ਜੇਬਾਂ ਇਹਦੇ 'ਚ। ਰੁਕੋ, ਇੱਕ ਇਹ 'ਚ ਰੱਖੂੰਗਾ ਫੋਨ, ਆ ਦੋ ਇਹਦੇ ਅੰਦਰ ਰੱਖੂੰਗਾ ਮੈਂ ਆਪਣੇ ਏਅਰਪੋਡ, ਆ ਤਿੰਨ ਇਹਦੇ ਰੱਖੂੰਗਾ ਬੀੜੀ ਦਾ ਪੈਕਟ। ਇਹ ਮਜ਼ਾਕ ਸੀ ਭਰਾਵਾ, ਇਹ ਹੈ ਤਾਂ ਉਹਦੇ ਲਈ ਆ, ਲਾਈਟਰ ਲਾਈਟਰ ਰੱਖਣ ਨੂੰ ਆ। ਇਹ ਇੱਕ, ਚੌਥੀ ਇਹ 'ਚ ਰੱਖੂੰਗਾ ਆਪਣਾ ਰੁਮਾਲ, ਚਾਰ ਹੋ ਗਈਆਂ, ਪੰਜ ਪੰਜ ਇਹਦੇ ਅੰਦਰ 'ਚ ਰੱਖਾਂਗਾ ਯਾਰ, ਮੇਰੇ ਕੋਲ ਸਮਾਨ ਹੀ ਹੈ ਨਹੀਂ। ਇਹਦੇ ਅੰਦਰ ਮੈਂ ਰੱਖ ਲੂੰਗਾ ਆਪਣਾ ਪਾਸਪੋਰਟ, ਜਦੋਂ ਬਾਹਰ ਜਾਊਂਗਾ ਨਾ ਇਹ 'ਚ ਪਾਸਪੋਰਟ ਰੱਖ ਲੂੰਗਾ, ਠੀਕ ਹੈ। ਅਤੇ ਛੇ ਅੱਗੇ ਇੰਨੀਆਂ ਹੀ ਆ, ਮੈਂ ਕਾਊਂਟਿੰਗ ਭੁੱਲ ਗਿਆ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਸੱਤ ਜੇਬਾਂ ਹੋ ਗਈਆਂ ਅੱਗੇ, ਅਤੇ ਸੱਤ, ਅੱਠ ਇਹਦੇ ਅੰਦਰ ਰੱਖੂੰਗਾ ਆਪਣਾ ਪਰਸ, ਜੋ ਕੋਈ ਚੋਰੀ ਚੋਰੀ ਕਿਸੇ ਨੇ ਕਰਨਾ ਹੋਵੇ ਤਾਂ ਕਰ ਲੂਗਾ, ਬਟ ਕਰ ਨਹੀਂ ਪਊਗਾ, ਪਿੱਛੇ ਦੋ ਬਟਨ ਲੱਗੇ ਆ ਜੋ ਕਿ ਜਦੋਂ ਮੈਂ ਬੈਠੂੰਗਾ ਮੇਰੀ ਢੂਈ 'ਤੇ ਬਹੁਤ ਚੁੱਭਣਗੇ। ਛੱਡੋ ਕਾਊਂਟਿੰਗ ਭੁੱਲ ਗਿਆ ਮੈਂ ਫਿਰ, ਸੱਤ ਅੱਠ ਹੋ ਗਏ ਹੋਣੇ ਆ, ਆ ਇੱਕ ਨੌ, ਠੀਕ ਹੈ, ਥੱਲੇ 'ਤੇ ਨਹੀਂ ਹੋਰ ਜੇਬਾਂ ਭਰਾਵਾ, ਦਸ, ਗਿਆਰਾਂ, ਇੱਕ ਅੱਧੀ ਮੈਂ ਮਿਸ ਕਰਤੀ ਹੋਣੀ ਆ, 12 ਜੇਬਾਂ ਹੈਗੀਆਂ ਭਰਾਵਾ ਇਹਦੇ ਅੰਦਰ। ਕਮਾਲ ਦੀ ਕਾਰਗੋ ਆ ਨਾ ਵੈਸੇ, ਦੁਨੀਆ ਭਰ ਦਾ ਸਮਾਨ,
ਟੈਚੀ ਟੁੱਚੀ ਲਿਜਾਣ ਦੀ ਲੋੜ ਹੀ ਨਹੀਂ, ਕੱਪੜੇ ਲਪੇਟ ਕੇ ਜੇਬਾਂ 'ਚ ਭਰ ਲਓ, ਗੱਲ ਖਤਮ, ਛਟੈਕ ਬੇਬੀ। ਭਰਾਵਾ ਦੁਨੀਆ ਜਹਾਨ ਦਾ ਸਮਾਨ ਇਕੱਠਾ ਕਰ ਲਿਆ ਭਰਾਵਾ, ਇੰਨਾ ਪਿਆਰ ਤੁਸੀਂ ਦਿੰਦੇ ਮੈਨੂੰ, ਥੈਂਕ ਯੂ ਸੋ ਮਚ ਯਾਰ, ਟੂ ਮੈਨੀ ਗਿਫਟਸ ਭੇਜ ਤੁਸੀਂ। ਅਤੇ ਭੇਜੇ ਕਿੰਨੇ ਆ, ਇੱਕ ਤਾਂ ਮੌਂਕੀ ਨੇ ਭੇਜਿਆ ਆ, ਦੂਜਾ ਆਪਣਾ ਵੀਰ ਸੀਗਾ ਸਬਸਕ੍ਰਾਈਬਰ ਕਿਕਸ ਵਾਲਾ, ਉਹਦਾ ਪੋਸਟਰ ਹੀ ਗੁਆਚ ਗਿਆ, ਮੈਂ ਸਿੱਟ ਸੁੱਟ ਦਿੱਤਾ ਮੇਰੇ ਖਿਆਲ ਕਾਲੀ ਕੁੜੀ 'ਚ। ਹੁਣ ਇਸ ਤੋਂ ਪਹਿਲਾਂ ਮੰਮਾ ਆ ਕੇ ਮੇਰੀ ਧੋਣ ਫੜ ਲੈਣ, ਮੈਂ ਆ ਸਾਰਾ ਸਮਾਨ ਸਮੇਟਣ ਲੱਗਾ ਹਾਂ, ਠੀਕ ਹੈ। ਥੈਂਕਸ ਫੋਰ ਵਾਚਿੰਗ ਗਾਇਸ, ਐਂਡ ਥੈਂਕ ਯੂ ਸੋ ਮੱਚ ਫੋਰ ਇੰਨਾ ਸਾਰਾ ਪਿਆਰ ਅਤੇ ਸਤਿਕਾਰ, ਤੁਹਾਡੇ ਸਾਹਮਣੇ ਦੇਖ ਹੀ ਰਿਹਾ ਸਾਰਾ ਪਿਆਰ ਹੀ ਆ। ਅਤੇ ਹੁਣ ਤੁਸੀਂ ਮੈਨੂੰ ਫੋਟੋਆਂ ਤੁਸੀਂ ਦੇਖਿਓ ਮੇਰੀ ਆ ਸੋਹਣੇ ਸੋਹਣੇ ਕੱਪੜਿਆਂ 'ਚ ਪਾਈ ਹੋਈ, ਸੀ ਯੂ ਸੂਨ, ਥੈਂਕ ਯੂ, ਬਾਏ ਬਾਏ। ਜੇ ਤੁਹਾਨੂੰ ਇਹਨਾਂ 'ਚ ਕੋਈ ਵੀ ਇੱਕ ਅੱਧਾ ਸ਼ੂ ਪਸੰਦ ਹੋਵੇ ਤਾਂ ਤੁਸੀਂ ਵੀਰ ਨੂੰ ਜ਼ਰੂਰ ਕੰਟੈਕਟ ਕਰੋ, ਆਹੀ ਇਹਦੀ ਆਈਡੀ ਆ, ਅਤੇ ਮੇਰਾ ਨਾਮ ਲੈ ਦਿਓ, ਤੁਹਾਨੂੰ 10-15% ਔਫ ਦੇ ਦੂਗੇ। ਯਾਰ ਹੁਣ ਇੰਨੇ ਬੂਟ ਆ ਤਾਂ ਗਏ ਆ, ਮੈਂ ਰੱਖੂੰਗਾ ਕਿੱਥੇ, ਮੇਰੇ ਕੋਲ ਥਾਂ ਹੀ ਨਹੀਂ ਰੱਖਣ ਦੀ।